ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਪੰਜਾਬ ਲਾਈਵ ਦੇ ਉੱਤੇ ਗੱਲ ਕਰਾਂਗੇ ਪੰਜਾਬ ਗਵਰਨਮੈਂਟ ਵੱਲੋਂ ਇੱਕ ਹੋਰ ਐਲਾਨ ਹੋਇਆਗਾ ਭਰਤੀ ਹੈ ਜਿਹੜੀ ਬੱਬਾ ਫਰੀਦ ਕਾਲਜ ਦੇ ਵਿੱਚ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਵਿੱਚ ਤੇ ਦੋਸਤੋ ਅਸੀਂ ਤੁਹਾਨੂੰ ਸਮੇਂ-ਸਮੇਂ ਸਿਰ ਅਪਡੇਟ ਦਿੰਦੇ ਰਹਨੇ ਆ ਜੇਕਰ ਤੁਹਾਡੇ ਤੱਕ ਅਪਡੇਟ ਨਹੀਂ ਪਹੁੰਚਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰ ਲਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚੇ ਬੱਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਨੇ 350 ਪੋਸਟਾਂ ਨੇ ਅਲੱਗ-ਅਲੱਗ ਕਮਿਊਨਿਟੀ ਹੈਲਥ ਆਫਸਰ ਦੀਆਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਐਸ ਪਰ ਸ਼ਡਿਊਲ ਮੈਂਸ਼ਨ ਬਲੋ ਆ ਤੁਸੀਂ ਕਿਦੋਂ ਅਪਲਾਈ ਕਰਨਾ ਤੇ ਲਾਸਟ ਡੇਟ ਕੀ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ 350 ਜਿਹੜੀ ਪੋਸਟ ਆਈ ਆ ਸਟਾਰਟ ਆ ਜਿਹੜੀ ਔਨਲਾਈਨ ਐਪਲੀਕੇਸ਼ਨ ਆ 12/7/2022 ਤੋਂ ਸਟਾਰਟ ਹੋ ਜਾਣੀ ਆ ਲਾਸਟ ਡੇਟ ਆ ਜਿਹੜੀ ਸਬਮਿਸ਼ਨ ਦੀ 25/7/2022 ਐਪਲੀਕੇਸ਼ਨ ਦੀ ਲਾਸਟ ਡੇਟ ਆ ਰਿਟਰਨ ਟੈਸਟ ਵੀ ਜਿਹੜਾ ਹੋਊਗਾ ਉਹ 7 ਤਰੀਕ ਨੂੰ ਹੋਊਗਾ 8ਵੇਂ ਮਹੀਨੇ ਦੀ ਯਾਨੀ ਕਿ 7 ਅਗਸਤ ਨੂੰ ਤੇ ਦੋਸਤੋ ਉਸ ਰਿਟਰਨ ਟੈਸਟ ਉਹਗਾ ਜਿਹੜੇ ਕੈਂਡੀਡੇਟ ਐਲੀਜੀਬਲ ਨੇ ਆਪਣੀ ਰਿਕੁਇਰਮੈਂਟਸ ਪੂਰੀਆਂ ਕਰਦੇ ਨੇ ਕੁਆਲਿਫੀਕੇਸ਼ਨ ਦੀ ਏਜ ਦੀ ਤੇ ਐਲੀਜੀਬਿਲਟੀਆਂ ਸਾਰੀਆਂ ਪੂਰੀਆਂ ਕਰਦੇ ਨੇ ਉਹ nhm.punjab.gov.in ਤੇ ਜਾ ਕੇ ਜਾਂ www.bfhs.ac ਇੰਤੇ ਜਾ ਕੇ ਸਾਰੀਆਂ ਇਨਸਟ੍ਰਕਸ਼ਨਸ ਰੀਡ ਕਰਕੇ ਆਪਣਾ ਫਾਰਮ ਅਪਲਾਈ ਕਰ ਸਕਦੇ ਨੇ ਤੇ ਜਦੋਂ ਵੀ ਕੋਈ ਹੋਰ ਅਪਡੇਟ ਆਈ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ